ਪੰਜਾਬ ਸਰਕਾਰ ਨਵਜੋਤ ਸਿੰਘ ਸਿੱਧੂ ਤੇ ਮਿਹਰਬਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਨੂੰ ਅਸਿਸਟੈਂਟ ਐਡਵੋਕੇਟ ਜਨਰਲ ਦੇ ਤੌਰ ਤੇ ਲਗਾਇਆ ਗਿਆ। ਕੁੱਲ 13 ਲੋਕਾਂ ਵਿੱਚੋਂ ਸਿੱਧੂ ਦੇ ਬੇਟੇ ਦਾ ਨਾਮ ਵੀ ਸ਼ਾਮਿਲ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੂੰ ਵੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨ ਦੇ ਤੌਰ ਤੇ ਨਿਯੁਕਤੀ ਕੀਤੀ ਗਈ ਸੀ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਸਿੱਧੂ ਪਰਿਵਾਰ ਦਾ ਪੇਟ ਜਦੋਂ ਤੱਕ ਨਹੀਂ ਭਰ ਜਾਂਦਾ ਤਦ ਤੱਕ ਕੋਈ ਹੋਰ ਸੈੱਟ ਨਹੀਂ ਹੋਵੇਗਾ। ਇਹਨਾਂ ਨੇ ਆਪਣੇ ਘਰ ਭਰਨੇ, ਇਹਨਾਂ ਨੇ ਆਪਣੇ ਲੋਕਾਂ ਨੂੰ ਐਡਜਸਟ, ਆਪਣੇ ਪਰਿਵਾਰਾਂ ਨੂੰ ਐਡਜਸਟ, ਅਤੇ ਸਭ ਤੋਂ ਜ਼ਿਆਦਾ ਜਿਹੜੀ ਹੈ ਨਾ ਗੱਲ, ਉਹ ਐਡਾ ਬੰਦਾ ਇਹ ਐਕਸਪੋਜ਼ ਹੋ ਗਿਆ ਹੁਣ ਬੁਰੀ ਤਰ੍ਹਾਂ ਐਕਸਪੋਜ਼ ਹੋ ਗਿਆ, ਜਿਹੜਾ ਲੋਕਾਂ ਨੂੰ ਜੀਜੇ ਸਾਲੇ ਦੀ ਸਰਕਾਰ ਕਹਿਣ ਵਾਲਾ, ਬਾਕੀਆਂ ਨੂੰ ਸਾਰੇ ਪਰਿਵਾਰਵਾਦ ਦੀ ਗੱਲ ਕਰਨ ਵਾਲਾ ਬੰਦਾ, ਆਪਣਾ ਪਰਿਵਾਰ ਪੂਰਾ ਐਡਜਸਟ ਹੋ ਗਿਆ। ਇਹ ਲੋਕਾਂ ਨੂੰ ਚੰਗੀ ਤਰ੍ਹਾਂ ਹੁਣ ਜਿਹੜਾ ਦੇਖ ਲੈਣਾ ਚਾਹੀਦਾ ਵੀ ਇਹ ਬੰਦਾ ਜਿਹੜਾ ਜਿੰਨੇ ਅੱਜ ਤੱਕ ਦੀ 16-17 ਸਾਲਾਂ ਦੀ ਪੋਲੀਟਿਕਸ ਦੇ ਵਿੱਚ ਇੱਕ ਸਿੰਗਲ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇ, ਸਵਾਏ ਗੱਪਾਂ ਮਾਰਨ ਤੋਂ। ਇਸ ਕਰਕੇ ਇਹਨਾਂ ਨੂੰ ਗਪੌੜ ਅਤੇ ਫਰੋਡ ਮਿਨਿਸਟਰ ਮੈਂ ਕਹਿੰਦਾ, ਲੋਕ ਵੀ ਕਹਿੰਦੇ ਆ ਕਿਉਂਕਿ ਕਿਸੇ ਨੂੰ ਪ੍ਰੈਕਟੀਕਲੀ ਦਫ਼ਤਰ ਬਣਾਇਆ, ਬੰਦ ਕਰਤਾ, ਬਹੁਤ ਸਾਰੀਆਂ ਹੋਰ ਝੂਠ ਬੋਲੇ, ਕਿਤੇ ਪੂਰਾ ਨਹੀਂ ਉਤਰਿਆ, ਇੱਥੇ 100 ਕਰੋੜ ਕਾਰਪੋਰੇਸ਼ਨ ਨੂੰ ਦੇਣਾ ਸੀ, ਵਿਚਾਰੇ ਤਨਖਾਹਾਂ ਤੋਂ ਰੋਂਦੇ ਫਿਰਦੇ ਆ, ਅਸੀਂ 1000 ਕਰੋੜ ਰੁਪਇਆ ਜਿਹੜਾ ਵਾ ਇੱਥੇ ਡਿਵੈਲਪਮੈਂਟ 'ਤੇ ਲਾਇਆ ਉਹਨੂੰ ਦਿਸਦਾ ਨਹੀਂ, ਹਰ ਗੱਲ ਹਰ ਬੰਦਾ ਚੋਰ ਨਜ਼ਰ ਆਉਂਦਾ, ਆਪਣੇ ਲੋਕਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਇਨਕੁਆਇਰੀਆਂ ਹੋਈਆਂ ਨਹੀਂ ਜਿਹਦੇ 'ਤੇ ਕਿੰਤੂ ਪਰੰਤੂ ਹੋਇਆ ਕਿਸੇ ਪਾਸਿਓਂ। ਇਸ ਕਰਕੇ ਇਹ ਲੋਕ ਅਖ਼ਬਾਰ ਦੇ ਕਾਬਲ ਨਹੀਂ, ਲੋਕ ਜਿੰਨੀ ਜਲਦੀ ਸਮਝਣ ਪੰਜਾਬ ਦੇ ਲੋਕ, ਓਨਾ ਹੀ ਭਲਾ ਹੋਜੂ ਪੰਜਾਬ ਦਾ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।